Hey guys, subscribe and press the bell icon to never miss a video from Gabru. The most awaited collaboration ਹੁਣ ਪੂਰੀ ਤਰ੍ਹਾਂ ਤਿਆਰ ਹੈ ਸਾਨੂੰ ਸਭ ਨੂੰ ਐਂਟਰਟੇਨ ਕਰਨ ਲਈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਜੈਜੀ ਬੀ ਅਤੇ ਬੋਹੀ ਮੀਆਂ ਦੀ। ਇਹ ਤਾਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਬੋਹੀ ਮੀਆਂ ਦੀ ਐਲਬਮ ਸਕਲਸ ਐਂਡ ਬੋਨਸ ਵੋਲਿਊਮ 2 ਤਿਆਰ ਹੋ ਰਹੀ ਹੈ ਸਾਨੂੰ ਇੱਕ ਇੱਕ ਕਰਕੇ ਆਪਣੇ ਸੁਪਰ ਹਿੱਟ ਸੌਂਗਸ ਦੇ ਨਾਲ ਐਂਟਰਟੇਨ ਕਰਨ ਲਈ, ਜਿਸ ਵਿੱਚੋਂ ਅਸੀਂ ਇੱਕ ਗਾਣੇ ਨੂੰ ਸੁਣ ਚੁੱਕੇ ਹਾਂ ਅਤੇ ਇੰਜੋਏ ਵੀ ਕਰ ਚੁੱਕੇ ਹਾਂ, ਜਿਸ ਦਾ ਟਾਈਟਲ ਸੀ ਸੇਮ ਬੀਫ, ਜਿਸ ਨੂੰ ਗਾਇਆ ਸੀ ਬੋਹੀ ਮੀਆਂ ਅਤੇ ਸਿੱਧੂ ਮੂਸੇਵਾਲਾ ਨੇ। ਤੇ ਹੁਣ ਇਸ ਐਲਬਮ ਨਾਲ ਜੁੜੀ ਨਵੀਂ ਅਪਡੇਟ ਇਹ ਹੈ ਕਿ ਜੈਜੀ ਬੀ ਅਤੇ ਬੋਹੀ ਮੀਆਂ ਨੇ ਆਪਣੇ ਅਗਲੇ ਗਾਣੇ ਦੀ ਸ਼ੂਟਿੰਗ ਕਰ ਲਈ ਹੈ। ਜੀ ਹਾਂ, ਇਹ ਗਾਣਾ ਵੀ ਉਹਨਾਂ ਦੀ ਐਲਬਮ ਵਿੱਚੋਂ ਹੀ ਇੱਕ ਸੌਂਗ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦਾ ਸ਼ੂਟ ਹੁਣ ਖਤਮ ਹੋ ਚੁੱਕਿਆ ਹੈ, ਜਿਸ ਗੱਲ ਦੀ ਇਨਫੋਰਮੇਸ਼ਨ ਸਾਡੇ ਨਾਲ ਜੈਜੀ ਬੀ ਨੇ ਆਪਣੇ ਇੰਸਟਾ ਅਕਾਊਂਟ ਤੇ ਇੱਕ ਪੋਸਟ ਰਾਹੀਂ ਕੀਤੀ ਹੈ। ਆਓ ਤੁਸੀਂ ਚੈੱਕ ਕਰੋ ਉਹਨਾਂ ਦੀ ਇਹ ਪੋਸਟ। ਜੇ ਗੱਲ ਕਰੀਏ ਹੁਣ ਇਸ ਗਾਣੇ ਦੀਆਂ ਡਿਟੇਲਸ ਦੀ, ਤੇ ਸਾਨੂੰ ਉਮੀਦ ਹੈ ਕਿ ਇਸ ਗਾਣੇ ਵਿੱਚ ਸਾਨੂੰ ਜੈਜੀ ਬੀ ਅਤੇ ਬੋਹੀ ਮੀਆਂ ਦੋਨਾਂ ਦੀ ਹੀ ਆਵਾਜ਼ ਸੁਣਨ ਨੂੰ ਮਿਲੇਗੀ। ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਰੂਪਨ ਬਲ ਨੇ ਅਤੇ ਹੋ ਸਕਦਾ ਹੈ ਕਿ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਹਰਜ ਨਾਗਰਾ ਨੇ। ਇਸ ਤੋਂ ਇਲਾਵਾ ਸਾਨੂੰ ਜੈਜੀ ਬੀ ਅਤੇ ਬੋਹੀ ਮੀਆਂ ਦੀ ਇਸ ਗਾਣੇ ਨੂੰ ਸ਼ੂਟ ਦੌਰਾਨ ਦੀ ਇੱਕ ਵੀਡੀਓ ਮਿਲੀ ਹੈ। ਆਓ ਤੁਸੀਂ ਚੈੱਕ ਕਰੋ ਉਹਨਾਂ ਦੀ ਇਹ ਵੀਡੀਓ। ਉਹ ਆਮ ਜਿਹੜੇ ਯੰਗ ਸਟੂਡੈਂਟ ਉਹਨਾਂ ਨੂੰ ਵੀ ਸਮਝ ਆਉਂਦੀ ਹੈ, ਕਈ ਵਾਰ ਗਾਣਾ ਸਮਝ ਨਹੀਂ ਆਉਂਦਾ, ਡੀਪ ਹੁੰਦਾ ਉਹਨਾਂ ਦੇ, ਹਨਾ ਦੇਖਿਆ ਨਹੀਂ ਕਦੇ। ਜਿਹੜਾ ਅੱਜ ਕੱਲ੍ਹ ਰੈਪ ਵੀ ਹੈ ਤਾਂ ਇੰਨਾ ਪਾਪੂਲਰ ਉਹ ਲੋਕਾਂ ਦੀ ਫੀਲਿੰਗ, ਜਿਹੜੀ ਯੰਗ ਸਟੂਡੈਂਟ ਦੀ ਫੀਲਿੰਗ ਹੈ ਉਹ ਬਾਹਰ ਲਿਆ। That's how, like, even back in the day, the rap shuru hoya. Even you, bro, I'm not just saying, na teri mood se help nahi karda. Na, but we met when I was just going to say that. Kaun na chidi apna video shoot karna, you came there, what's the thing? I was like... First, Buddy yeah. was the first artist when I had a rough video shot and yeah. brought to your brought, set. Brought to my set. We were shooting in California. ਕੌਣ ਨੱਚਦੀ ਰਵੀਵਾਲ ਨੇ ਕੀਤੀ ਸੀ, ਸਾਡਾ ਡਿਫਰੈਂਟ ਐਕਸਪੈਰੀਮੈਂਟ ਕੀਤਾ ਸੀ ਵੀ ਇੱਕ ਗਾਣੇ ਨੂੰ 5-6 ਤਰ੍ਹਾਂ ਮਿਕਸ ਕਰਕੇ ਉਹ ਅਸੀਂ ਕੀਤਾ, ਹੈ ਨਾ। ਜਿਹਨਾਂ ਨੇ ਆਈ ਸਟਿਲ ਰਿਮੈਂਬਰ ਦੈਟ ਲਾਈਕ ਯੈਸਟਰਡੇ, ਯੂ ਨੋ, ਯੂ ਕੇਮ ਦੇਅਰ। ਤੁਹਾਨੂੰ ਦੱਸ ਦਈਏ ਕਿ ਸਾਨੂੰ ਬੋਹੀ ਮੀਆਂ ਦੀ ਇਸ ਐਲਬਮ ਵਿੱਚ ਕਾਫੀ ਆਰਟਿਸਟ ਦੇ ਗਾਣੇ ਸੁਣਨ ਨੂੰ ਮਿਲਣਗੇ, ਜਿਵੇਂ ਕਿ ਬਿਲਾਲ ਸਈਦ, ਜੈਜ਼ੀ ਬੀ, ਗਿੱਪੀ ਗਰੇਵਾਲ, ਸਿੱਧੂ ਮੂਸੇਵਾਲਾ ਅਤੇ ਕਈ ਹੋਰ। ਗਰਲਸ ਐਂਡ ਬੋਨਸ ਵੋਲਿਊਮ 2 ਦਾ ਗਾਣਾ ਸੇਮ ਬੀਫ ਤੇ ਕਾਫੀ ਜ਼ਿਆਦਾ ਸੁਪਰ ਡੂਪਰ ਹਿੱਟ ਰਿਹਾ ਸੀ ਤੇ ਕਾਫੀ ਦਿਨਾਂ ਤੱਕ ਟ੍ਰੈਂਡਿੰਗ ਵਿੱਚ ਵੀ ਰਿਹਾ ਸੀ ਤੇ ਇਹ ਕੋਲੈਬੋਰੇਸ਼ਨ ਨੂੰ ਤੇ ਸਾਰਿਆਂ ਨੇ ਕਾਫੀ ਪਸੰਦ ਕੀਤਾ ਸੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਜੈਜ਼ੀ ਬੀ ਤੇ ਬੋਹੀ ਮੀਆਂ ਦੀ ਇਸ ਕੋਲੈਬੋਰੇਸ਼ਨ ਨੂੰ ਵੀ ਸਾਰੇ ਬਹੁਤ ਇੰਜੋਏ ਕਰਨਗੇ ਅਤੇ ਪਸੰਦ ਵੀ ਕਰਨਗੇ ਤੇ ਸਾਨੂੰ ਇਹ ਵੀ ਪੂਰੀ ਉਮੀਦ ਹੈ ਕਿ ਸਾਨੂੰ ਜਲਦ ਹੀ ਇਹ ਗਾਣਾ ਸੁਣਨ ਅਤੇ ਦੇਖਣ ਨੂੰ ਵੀ ਮਿਲੇਗਾ ਅਤੇ ਹੋ ਸਕਦਾ ਹੈ ਕਿ ਜਲਦ ਹੀ ਬੋਹੀ ਮੀਆਂ ਅਤੇ ਜੈਜ਼ੀ ਬੀ ਵੱਲੋਂ ਇਸ ਗਾਣੇ ਦਾ ਆਫੀਸ਼ੀਅਲ ਪੋਸਟਰ ਵੀ ਸਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇ। ਸੋ ਅਸੀਂ ਤੇ ਬੜੀ ਉਡੀਕ ਕਰ ਰਹੇ ਹਾਂ ਇਸ ਕੋਲੈਬੋਰੇਸ਼ਨ ਨੂੰ ਦੇਖਣ ਅਤੇ ਸੁਣਨ ਦੀ। ਤੁਸੀਂ ਕਿੰਨੀ ਕੁ ਉਡੀਕ ਕਰ ਰਹੇ ਹੋ ਅਤੇ ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਇਸ ਗਾਣੇ ਨੂੰ ਸੁਣਨ ਲਈ, ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com। ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ